ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਇੱਕ ਕਾਰ ਨੂੰ ਬਚਾਉਂਦੇ ਘੜੂਕਾ ਜੋ ਜੁਗਾੜੂ ਵਾਹਨ ਹੈ ਉਹ ਸੜਕ ਦੇ ਕਿਨਾਰੇ ਪਲਟ ਗਿਆ। ਦਰਅਸਲ ਇਹ ਘੜੂਕੇ ਦੇ ਵਿੱਚ ਨਰਮਾ ਲੱਦਿਆ ਹੋਇਆ ਸੀ ਅਤੇ ਇਹ ਜਦੋਂ ਸੜਕ ਦੇ ਉੱਤੇ ਆ ਰਿਹਾ ਸੀ ਤਾਂ ਸਾਹਮਣੇ ਤੋਂ ਅਚਾਨਕ ਇੱਕ ਕਾਰ ਆ ਜਾਂਦੀ ਹੈ। ਕਾਰ ਨੂੰ ਬਚਾਉਂਦੇ ਇਹ ਘੜੂਕਾ ਸੜਕ ਦੇ ਕਿਨਾਰੇ ਪਲਟ ਜਾਂਦਾ ਹੈ ਅਤੇ ਇਸ ਦੇ ਉੱਪਰ ਸਵਾਰ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਨੇ। ਹਾਲਾਂਕਿ ਜੋ ਕਾਰ ਚਾਲਕ ਹੈ ਖੁਦ ਹੀ ਇਹਨਾਂ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਜਾਂਦਾ ਜਿੱਥੇ ਇਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ। ਤਾਂ ਦੱਸ ਦਈਏ ਕਿ ਅਬੋਹਰ ਦੇ ਵਿੱਚ ਇਹ ਸੜਕ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਘੜੂਕਾ ਜੁਗਾੜੂ ਵਾਹਨ ਸੜਕ ਦੇ ਕਿਨਾਰੇ ਪਲਟ ਗਿਆ। ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਘੜੂਕਾ ਹੈ ਉਹ ਬਿਲਕੁਲ ਹੀ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਹੋਇਆ ਅਤੇ ਸੜਕ ਦੇ ਕਿਨਾਰੇ ਗਿਰਿਆ ਹੋਇਆ ਨਜ਼ਰ ਆ ਰਿਹਾ। ਤਾਂ ਦੱਸ ਦਈਏ ਕਿ ਇਸ ਭਿਆਨਕ ਹਾਦਸੇ ਦੇ ਵਿੱਚ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਚਲੋ ਵੀ ਕੋਈ ਵੈਸੇ ਤਾਂ ਚਲੋ ਬਚਤ ਰਹੇਗੀ ਬੰਦੇ ਦੀ, ਠੀਕ ਹੈ ਜੀ। ਮਾੜਾ ਮੋਟਾ ਵੀ ਜਿਹੜਾ ਨੁਕਸਾਨ ਉਹ ਭਰਪਾਈ ਹੋਣੀ ਚਾਹੀਦੀ, ਉਹ ਸੜਕ ਬਹੁਤ ਗਲਤ ਹੈ ਜੀ, ਠੀਕ ਹੈ ਜੀ। ਕਹਿ ਰਿਹਾ ਵੀ ਇੱਧਰੋਂ ਬੰਦੇ ਇਹ ਟਾਣੀ ਵਾਲੇ ਉਹ ਕਹਿੰਦੇ ਵੀ ਵਾਪਸੀ ਦਾ ਕਿ ਕਿਹਾ ਹੋਇਆ ਵੀ ਫੈਕਟਰੀਆਂ ਵੀ ਸੜਕ ਥੋੜ੍ਹੀ ਨਰਮਾ ਮੰਡੀ ਤੋਂ ਬੋਲੀ ਕਰਾ ਕੇ ਇੱਥੇ ਫੈਕਟਰੀ ਜਾ ਰਹੀ ਸੀ, ਅੱਗੋਂ ਗੱਡੀ ਆ ਗਈ, ਗੱਡੀ ਕਾਰ ਨੇ ਗੱਡੀ ਨੂੰ ਬਚਾਉਂਦੇ ਬਚਾਉਂਦੇ ਮਤਲਬ ਇਹਨਾਂ ਦੇ ਇੱਧਰ ਥੱਲੇ ਪਲਟ ਗਿਆ ਜੀ। ਕਾਰ ਸੀਗੀ ਜੀ, ਕਹਿੰਦੇ ਜੀ ਅਸੀਂ ਡੇਲੀ ਜਾਣੇ ਟਰੈਕਟਰ ਵੀ ਵੱਡੇ ਟਰੈਕਟਰ, ਇਹਨੂੰ ਜਲਦੀ ਜਲਦੀ ਪਹਿਲਾਂ ਸਹੀ ਕਰਨਾ ਚਾਹੀਦਾ ਜੀ, ਨਾ ਹੋ ਸਕੇ ਕਿਸੇ ਅੱਗੇ ਤੋਂ ਬੱਚਤ ਹੋ ਸਕੇ ਜੀ। ਬਾਕੀ ਗਰੀਬ ਬੰਦਾ ਜੀ ਇਹਦੀ ਜਿਹੜੀ ਕੋਈ ਹੈਲਪ ਕਰ ਸਕਦਾ ਹੈ ਅਤੇ ਇਹਦੀ ਕੀਤੀ ਜਾਵੇ, ਇਹ ਤਾਂ ਇਹਨੇ ਹੀ ਰੁਜ਼ਗਾਰ ਦੇਖੋ ਵਿਚਾਰੇ ਕੋਲ, ਅੱਜ ਦਿਹਾੜੀ ਕਮਾਉਣ ਵਾਲਾ ਬੰਦਾ ਇਹਦੀ ਹੈਲਪ ਕਰੋ ਜਿੰਨੀ ਕੀਤੀ ਜਾਂਦੀ। ਗੱਡੀ ਬਣਾ ਰਿਹਾ ਸੀ ਬੋਲੀ ਕਰਾ ਕੇ ਫੈਕਟਰੀ 'ਚ ਲੈ ਕੇ, ਭਾਅ ਜੀ ਸੜਕ ਬਹੁਤ ਜ਼ਿਆਦਾ ਗਲਤ ਹੈਗੀ ਹੈ, ਸਾਹਮਣੇ ਗੱਡੀ ਆ ਰਹੀ ਸੀ ਅਤੇ ਗੱਡੀ ਨੂੰ ਗੱਡੀ ਤੇਜ਼ ਰਫ਼ਤਾਰ 'ਚ, ਗੱਡੀ ਨੂੰ ਬਚਾਉਣ ਵਾਸਤੇ ਮੈਂ ਰੋਕਿਆ, ਰੋਕਦੇ ਰੋਕਦੇ ਮੰਨ ਲਓ ਆਪਣਾ ਇੱਥੇ ਪਲਟ ਗਿਆ। ਸੜਕ ਦੇਖੋ ਕਿੰਨੀ ਹੈਗੀ, ਮੈਂ ਗੱਡੀ 'ਚ ਆਪਣਾ ਸਾਧਨ ਨਾਲ ਲੱਗ ਜੇ, ਮੇਰੇ ਨਾਲ ਇੱਕ ਤਾਂ ਮੇਰੇ ਚਾਚਾ ਜੀ ਹੈਗੇ ਹੈ, ਆਹ ਦੇਖੋ ਜੀ ਉਹਨਾਂ ਦੇ ਮੌਕੇ ਦੇ ਹੱਥ ਸੱਟ ਵੱਜੀ ਹੈ, ਦੋ ਤਿੰਨ ਬੰਦੇ ਹੋਰ ਹੈਗੇ ਸੀ ਉਹਨਾਂ ਨੂੰ ਬਾਜ਼ਾਰ ਮੈਂ ਕੱਢ ਕੇ ਇਹਦੇ ਥੱਲੋਂ ਬਾਜ਼ਾਰ ਵੇਚਦਾ ਇਲਾਜ, ਕੰਮ ਪਤਾ ਨਹੀਂ ਜੀ ਦੁਕਾਨ ਦੇ, ਜਿਵੇਂ ਮੈਂ ਤੋਲਾ ਜਿਹੜੇ ਤੋਲਣ ਆਉਂਦੇ ਨਾ ਲੇਬਰ ਹੈਗੀ, ਹਾਂ ਸਿਵਲ ਹੋਸਪਿਟਲ ਲੈ ਗਏ ਖੜਾ ਹੋਸਪਿਟਲ, ਡਾਕਟਰ ਦੱਸਣਗੇ ਮੰਨ ਲਓ ਕਿ ਹੱਥ ਟੁੱਟਿਆ ਬਾਂਹ ਟੁੱਟੀ ਹੈ। ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਇੱਕ ਕਾਰ ਨੂੰ ਬਚਾਉਂਦੇ ਘੜੂਕਾ ਜੋ ਜੁਗਾੜੂ ਵਾਹਨ ਹੈ ਉਹ ਸੜਕ ਦੇ ਕਿਨਾਰੇ ਪਲਟ ਗਿਆ। ਦਰਅਸਲ ਇਹ ਘੜੂਕੇ ਦੇ ਵਿੱਚ ਨਰਮਾ ਲੱਦਿਆ ਹੋਇਆ ਸੀ ਅਤੇ ਇਹ ਜਦੋਂ ਸੜਕ ਦੇ ਉੱਤੇ ਆ ਰਿਹਾ ਸੀ ਤਾਂ ਸਾਹਮਣੇ ਤੋਂ ਅਚਾਨਕ ਇੱਕ ਕਾਰ ਆ ਜਾਂਦੀ ਹੈ। ਕਾਰ ਨੂੰ ਬਚਾਉਂਦੇ ਇਹ ਘੜੂਕਾ ਸੜਕ ਦੇ ਕਿਨਾਰੇ ਪਲਟ ਜਾਂਦਾ ਹੈ ਅਤੇ ਇਸ ਦੇ ਉੱਪਰ ਸਵਾਰ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਨੇ। ਹਾਲਾਂਕਿ ਜੋ ਕਾਰ ਚਾਲਕ ਹੈ ਖੁਦ ਹੀ ਇਹਨਾਂ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਜਾਂਦਾ ਜਿੱਥੇ ਇਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ। ਤਾਂ ਦੱਸ ਦਈਏ ਕਿ ਅਬੋਹਰ ਦੇ ਵਿੱਚ ਇਹ ਸੜਕ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਘੜੂਕਾ ਜੁਗਾੜੂ ਵਾਹਨ ਸੜਕ ਦੇ ਕਿਨਾਰੇ ਪਲਟ ਗਿਆ। ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਘੜੂਕਾ ਹੈ ਉਹ ਬਿਲਕੁਲ ਹੀ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਹੋਇਆ ਅਤੇ ਸੜਕ ਦੇ ਕਿਨਾਰੇ ਗਿਰਿਆ ਹੋਇਆ ਨਜ਼ਰ ਆ ਰਿਹਾ ਹੈ। ਤਾਂ ਦੱਸ ਦਈਏ ਕਿ ਇਸ ਭਿਆਨਕ ਹਾਦਸੇ ਦੇ ਵਿੱਚ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਚਲੋ ਵੀ ਕੋਈ ਵੈਸੇ ਤਾਂ ਚਲੋ ਬਚਤ ਰਹੇਗੀ ਬੰਦੇ ਦੀ, ਠੀਕ ਹੈ ਜੀ। ਮਾੜਾ ਮੋਟਾ ਵੀ ਜਿਹੜਾ ਨੁਕਸਾਨ ਉਹ ਭਰਪਾਈ ਹੋਣੀ ਚਾਹੀਦੀ, ਉਹ ਸੜਕ ਬਹੁਤ ਗਲਤ ਹੈ ਜੀ, ਠੀਕ ਹੈ ਜੀ। ਕਹਿ ਰਿਹਾ ਵੀ ਇੱਧਰੋਂ ਬੰਦੇ ਇਹ ਟਾਣੀ ਵਾਲੇ ਉਹ ਕਹਿੰਦੇ ਵੀ ਵਾਪਸੀ ਦਾ ਕਿਹਾ ਹੋਇਆ ਵੀ ਫੈਕਟਰੀਆਂ ਵੀ ਸੜਕ ਥੋੜ੍ਹੀ ਨਰਮਾ ਮੰਡੀ ਤੋਂ ਬੋਲੀ ਕਰਾ ਕੇ ਇੱਥੇ ਫੈਕਟਰੀ ਜਾ ਰਹੀ ਸੀ, ਅੱਗੋਂ ਗੱਡੀ ਆ ਗਈ, ਗੱਡੀ ਕਾਰ ਨੇ ਗੱਡੀ ਨੂੰ ਬਚਾਉਂਦੇ ਬਚਾਉਂਦੇ ਮਤਲਬ ਇਹਨਾਂ ਦੇ ਇੱਧਰ ਥੱਲੇ ਪਲਟ ਗਿਆ ਜੀ। ਕਾਰ ਸੀਗੀ ਜੀ, ਕਹਿੰਦੇ ਜੀ ਅਸੀਂ ਡੇਲੀ ਜਾਣੇ ਟਰੈਕਟਰ ਵੀ ਵੱਡੇ ਟਰੈਕਟਰ, ਇਹਨੂੰ ਜਲਦੀ ਜਲਦੀ ਪਹਿਲਾਂ ਸਹੀ ਕਰਨਾ ਚਾਹੀਦਾ ਜੀ, ਨਾ ਹੋ ਸਕੇ ਕਿਸੇ ਅੱਗੇ ਤੋਂ ਬੱਚਤ ਹੋ ਸਕੇ ਜੀ।
ਬਾਕੀ ਗਰੀਬ ਬੰਦਾ ਇਹਦੀ ਜਿਹੜੀ ਕੋਈ ਹੈਲਪ ਕਰ ਸਕਦਾ ਹੈ ਇਹਦੀ ਕੀਤੀ ਜਾਵੇ, ਇਹ ਤਾਂ ਇੰਨਾ ਹੀ ਰੁਜ਼ਗਾਰ ਦੇਖੋ ਵਿਚਾਰੇ ਕੋਲ, ਅੱਜ ਦਿਹਾੜੀ ਕਮਾਉਣ ਵਾਲਾ ਬੰਦਾ ਇਹਦੀ ਹੈਲਪ ਕਰੋ ਜਿੰਨੀ ਕੀਤੀ ਜਾਂਦੀ। ਗੱਡੀ ਬਣਾ ਰਿਹਾ ਸੀ ਬੋਲੀ ਕਰਾ ਕੇ ਫੈਕਟਰੀ 'ਚ ਲੈ ਕੇ, ਭਾਅ ਜੀ ਸੜਕ ਬਹੁਤ ਜ਼ਿਆਦਾ ਗਲਤ ਹੈਗੀ ਹੈ, ਸਾਹਮਣੇ ਗੱਡੀ ਆ ਰਹੀ ਸੀ ਅਤੇ ਗੱਡੀ ਨੂੰ ਗੱਡੀ ਤੇਜ਼ ਰਫ਼ਤਾਰ 'ਚ, ਗੱਡੀ ਨੂੰ ਬਚਾਉਣ ਵਾਸਤੇ ਮੈਂ ਰੋਕਿਆ, ਰੋਕਦੇ ਰੋਕਦੇ ਮੰਨ ਲਓ ਆਪਣਾ ਇੱਥੇ ਪਲਟ ਗਿਆ, ਸੜਕ ਦੇਖੋ ਕਿੰਨੀ ਕੁ ਹੈਗੀ। ਮੈਂ ਗੱਡੀ 'ਚ ਆਪਣਾ ਸਾਧਨ ਨਾਲ ਲੱਗ ਜੇ, ਮੇਰੇ ਨਾਲ ਇੱਕ ਤਾਂ ਮੇਰੇ ਚਾਚਾ ਜੀ ਹੈਗੇ ਹੈ, ਆਹ ਦੇਖੋ ਜੀ ਉਹਨਾਂ ਦੇ ਮੌਕੇ 'ਤੇ ਹੱਥ ਸੱਟ ਵੱਜੀ ਹੈ, ਦੋ ਤਿੰਨ ਬੰਦੇ ਹੋਰ ਹੈਗੇ ਸੀ ਉਹਨਾਂ ਨੂੰ ਬਾਜ਼ਾਰ ਮੈਂ ਕੱਢ ਕੇ ਇਹਦੇ ਥੱਲੋਂ ਬਾਜ਼ਾਰ ਵੇਚਦਾ ਇਲਾਜ, ਕੰਮ ਪਤਾ ਨਹੀਂ ਦੁਕਾਨ ਦੇ ਜਿਵੇਂ ਮੈਂ ਤੋਲਾ ਜਿਹੜੇ ਤੋਲਣ ਆਉਂਦੇ ਨਾਲ ਲੇਬਰ ਹੈਗੀ, ਹਾਂ ਸਿਵਲ ਹੋਸਪਿਟਲ ਲੈ ਗਏ ਅਤੇ ਖੜਾ ਹੋਸਪਿਟਲ, ਡਾਕਟਰ ਦੱਸਣਗੇ ਮੰਨ ਲਓ ਕਿ ਹੱਥ ਟੁੱਟਿਆ ਬਾਂਹ ਟੁੱਟੀ ਹੈ।